ਸਤਿ ਸ਼੍ਰੀ ਅਕਾਲ ਜੀ ਪੰਜਾਬ ਟੂਵਰਟ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਗੱਲ ਕਰਾਂਗੇ ਅਡੋਲਫ ਹਿਟਲਰ ਦੇ ਬਾਰੇ ਇਹ ਇੱਕ ਐਦਾਂ ਦਾ ਇਨਸਾਨ ਹੈ ਜਿਸ ਤੋਂ ਕਿ ਅੱਜ ਦੀ ਦੁਨੀਆ ਵਿੱਚ ਹਰ ਕੋਈ ਨਫ਼ਰਤ ਕਰਦਾ ਹੈ ਕਿਉਂਕਿ ਇਸ ਦੀ ਵਜ੍ਹਾ ਦੇ ਕਾਰਨ ਕਰੋੜਾਂ ਲੋਕਾਂ ਦੀਆਂ ਜਾਨਾਂ ਗਈਆਂ ਸਨ ਤੇ ਇਸ ਦੇ ਹੀ ਕਾਰਨ ਦੁਨੀਆ ਨੂੰ ਸਾਰਿਆਂ ਤੋਂ ਜ਼ਿਆਦਾ ਨੁਕਸਾਨ ਪਹੁੰਚਾਉਣ ਵਾਲਾ ਵਰਲਡ ਵਾਰ ਸਟਾਰਟ ਹੋਇਆ ਸੀ ਪਰ ਅੱਜ ਦੇ ਸਮੇਂ ਭਾਵੇਂ ਲੋਕ ਇਸ ਤੋਂ ਕਾਫੀ ਨਫ਼ਰਤ ਕਰਦੇ ਹਨ ਪਰ ਇਹ ਆਪਣੇ ਟਾਈਮ ਦਾ ਕਾਫੀ ਪ੍ਰਭਾਵਸ਼ਾਲੀ ਨੇਤਾ ਸੀ ਤੇ ਇਹਦੀ ਸਪੀਚ ਦੇ ਵਿੱਚ ਇੰਨਾ ਦਮ ਸੀ ਕਿ ਇਹ ਲੱਖਾਂ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰ ਲੈਂਦਾ ਸੀ ਤੇ ਇਹੀ ਕਾਰਨ ਸੀ ਕਿ ਉਸਨੇ ਇੱਕ ਨਾਂਜੀ ਨਾਂ ਦੀ ਬਹੁਤ ਵੱਡੀ ਆਰਮੀ ਤਿਆਰ ਕਰ ਲਈ ਸੀ ਹਿਟਲਰ ਦਾ ਜਨਮ 18 ਅਪ੍ਰੈਲ 1899 ਈਸਵੀ ਨੂੰ ਆਸਟਰੀਆ ਦੇ ਵਿੱਚ ਹੋਇਆ ਸੀ ਤੇ ਇਹੀ ਹਿਟਲਰ ਦੀ ਮਾਂ ਕਲਾਰਾ ਲੋਇਸ ਦੀ ਤੀਸਰੀ ਪਤਨੀ ਸੀ ਤੇ ਹਿਟਲਰ ਆਪਣੀ ਮਾਂ ਦੀ ਚੌਥੀ ਸੰਤਾਨ ਸੀ ਪਰ ਕਿਸੇ ਨਾ ਕਿਸੇ ਕਾਰਨ ਉਹਨਾਂ ਦੇ ਬਾਕੀ ਤਿੰਨ ਭੈਣ ਭਰਾਵਾਂ ਦੀ ਮੌਤ ਹੋ ਗਈ ਸੀ ਅਤੇ ਇਸ ਕਰਕੇ ਹਿਟਲਰ ਆਪਣੀ ਮਾਂ ਦੇ ਬਹੁਤ ਜ਼ਿਆਦਾ ਲਾਡਲੇ ਸੀ ਪਰ ਹਿਟਲਰ ਦਾ ਬਚਪਨ ਬਹੁਤ ਹੀ ਗਰੀਬੀ ਦੇ ਵਿੱਚ ਬੀਤਿਆ ਸੀ ਉਹਨਾਂ ਨੂੰ ਆਪਣੇ ਦੋ ਵਕਤ ਦੀ ਰੋਟੀ ਦੇ ਲਈ ਵਕ-ਵਕ ਸ਼ਹਿਰਾਂ ਦੇ ਵਿੱਚ ਭਟਕਣਾ ਪੈਂਦਾ ਸੀ ਤੇ ਹਿਟਲਰ ਇੱਕ ਬਹੁਤ ਹੀ ਧਾਰਮਿਕ ਸੁਭਾਅ ਦਾ ਇਨਸਾਨ ਸੀ ਅਤੇ ਉਹਨਾਂ ਨੂੰ ਵਕ-ਵਕ ਚਰਚਾਂ ਦੇ ਨਾਮ ਦੇ ਨਾਲ ਪ੍ਰੇਅਰ ਕਰਨਾ ਬਹੁਤ ਪਸੰਦ ਸੀ ਤੇ ਅੱਗੇ ਜਾ ਕੇ ਉਹ ਇੱਕ ਪਾਦਰੀ ਬਣਨਾ ਚਾਹੁੰਦਾ ਸੀ 1903 ਦੇ ਵਿੱਚ ਉਹਨਾਂ ਦੇ ਪਿਤਾ ਦੀ ਮੌਤ ਹੋ ਗਈ ਅਤੇ ਥੋੜੀ ਦੇਰ ਬਾਅਦ ਹੀ ਉਹਨਾਂ ਦੀ ਮਾਂ ਦੀ ਵੀ ਮੌਤ ਹੋ ਗਈ ਉਸ ਟਾਈਮ ਤੋਂ ਬਾਅਦ ਉਹਨਾਂ ਕੋਲ ਹੋਰ ਕੁਝ ਵੀ ਨਹੀਂ ਬਚਿਆ ਸੀ ਅਤੇ ਉਹਨਾਂ ਨੂੰ ਦੋ ਟਾਈਮ ਦੀ ਰੋਟੀ ਖਾਣੇ ਵੀ ਬਹੁਤ ਮੁਸ਼ਕਲ ਹੋ ਗਈ ਸੀ ਤੇ ਫਿਰ ਹੀਟਲਰ ਨੇ ਆਪਣਾ ਗੁਜ਼ਾਰਾ ਕਰਨ ਦੇ ਲਈ ਲੇਬਰ ਦਾ ਕੰਮ ਕਰਨਾ ਸਟਾਰਟ ਕਰ ਦਿੱਤਾ ਨਾਲ ਦੀ ਨਾਲ ਉਹ ਪੇਂਟਿੰਗ ਵੀ ਬਣਾਉਂਦਾ ਸੀ ਅਤੇ ਪੋਸਟਕਾਰਡ ਵੀ ਵੇਚ ਕੇ ਥੋੜੇ-ਬੋਤੇ ਪੈਸੇ ਕਮਾ ਲੈਂਦਾ ਸੀ ਤੇ ਲੋਕਾਂ ਦਾ ਕਹਿਣਾ ਇਹ ਸੀ ਕਿ ਇਹੀ ਉਹ ਟਾਈਮ ਸੀ ਜਦੋਂ ਹੀਟਲਰ ਦੇ ਅੰਦਰ ਯਹੂਦੀਆਂ ਦੇ ਲਈ ਬਹੁਤ ਜ਼ਿਆਦਾ ਨਫ਼ਰਤ ਪੈਦਾ ਹੋ ਗਈ ਸੀ ਤੇ ਇਸ ਤੋਂ ਬਾਅਦ ਉਹਨਾਂ ਨੇ ਹੌਲੀ-ਹੌਲੀ ਜਰਮਨ ਦੀ ਆਰਮੀ ਜੁਆਇਨ ਕਰ ਲਈ ਅਤੇ ਆਪਣਾ ਬਹੁਤ ਵਧੀਆ ਪ੍ਰਦਰਸ਼ਨ ਦਿੱਤਾ ਤੇ ਇਸ ਦੇ ਲਈ ਹਿਟਲਰ ਨੂੰ ਅਵਾਰਡ ਵੀ ਮਿਲਿਆ ਅੱਗੇ ਜਾ ਕੇ ਜਦੋਂ ਵਰਲਡ ਵਾਰ 1 ਹੋਇਆ ਤਾਂ ਉਸ ਦੇ ਵਿੱਚ ਜਰਮਨੀ ਨੂੰ ਸਰੈਂਡਰ ਕਰਨਾ ਪੈ ਗਿਆ ਇਸ ਗੱਲ ਦਾ ਹਿਟਲਰ ਨੂੰ ਬਹੁਤ ਜ਼ਿਆਦਾ ਅਫਸੋਸ ਹੋਇਆ ਤੇ ਉਹਨਾਂ ਨੇ ਇਸ ਦੇ ਲਈ ਜਰਮਨ ਦੇ ਨੇਤਾਵਾਂ ਨੂੰ ਦੋਸ਼ੀ ਠਹਿਰਾਇਆ ਅਤੇ ਅੱਗੇ ਜਾ ਕੇ ਉਹਨਾਂ ਨੇ 1919 ਦੇ ਵਿੱਚ ਇੱਕ ਡੀਏਪ ਨਾਂ ਦੀ ਪਾਰਟੀ ਜੁਆਇਨ ਕਰ ਲਈ ਜੋ ਕਿ ਯਹੂਦੀਆਂ ਦੇ ਬਿਲਕੁਲ ਖਿਲਾਫ ਸੀ ਤੇ ਫਿਰ ਹਿਟਲਰ ਨੇ ਆਪਣੀ ਸਪੀਚ ਦੇ ਕਮਾਲ ਦੇ ਨਾਲ ਯਹੂਦੀਆਂ ਦੇ ਖਿਲਾਫ ਸਪੀਚ ਦੇ ਕੇ ਬਹੁਤ ਹੀ ਜਲਦੀ ਲੋਕਪ੍ਰਿਯਤਾ ਖਾਟ ਲਈ ਤੇ ਫਿਰ ਉਸ ਨੇ ਡੀਏਪੀ ਪਾਰਟੀ ਦਾ ਨਾਮ ਨਾਜੀ ਰੱਖ ਦਿੱਤਾ World War ਤੋਂ ਬਾਅਦ ਜਰਮਨ ਦੀ ਸਥਿਤੀ ਬਹੁਤ ਹੀ ਜ਼ਿਆਦਾ ਖਰਾਬ ਸੀ ਅਤੇ ਉਸ ਨੂੰ ਸੁਧਾਰਨ ਦੀ ਗੱਲ ਕਰਨ ਤੇ ਹਿਟਲਰ ਦੀ ਬਹੁਤ ਹੀ ਜ਼ਿਆਦਾ ਪ੍ਰਸ਼ੰਸਾ ਹੋ ਰਹੀ ਸੀ ਅਤੇ ਲੋਕਾਂ ਦਾ ਆਕਰਸ਼ਣ ਉਸ ਦੇ ਵੱਲ ਬਹੁਤ ਹੀ ਜ਼ਿਆਦਾ ਵੱਧ ਰਿਹਾ ਸੀ ਇਸ ਤਰ੍ਹਾਂ ਹੀ ਟਲਰ ਦੀ ਚੜ੍ਹਾਈ ਹੁੰਦੇ ਵੇਖ ਕੇ ਉਸ ਨੂੰ ਨਾਜੀ ਦਾ ਚੇਅਰਮੈਨ ਬਣਾ ਦਿੱਤਾ ਜਦਕਿ ਹਿਟਲਰ ਨੂੰ ਵਰਲਡ ਵਾਰ 1 ਦੇ ਵਿੱਚ ਕੋਈ ਜਾਣਦਾ ਤੱਕ ਨਹੀਂ ਸੀ ਤੇ ਹਿਟਲਰ ਨੂੰ 1924 ਦੇ ਵਿੱਚ ਜੇਲ੍ਹ ਦੀ ਸਜ਼ਾ ਵੀ ਹੋਈ ਸੀ ਅਤੇ ਉਸਦੇ ਲਈ ਉਸਨੂੰ ਬਸ 13 ਮਹੀਨੇ ਹੀ ਜੇਲ੍ਹ ਦੇ ਵਿੱਚ ਰਹਿਣਾ ਪਿਆ ਸੀ ਜੇਲ੍ਹ ਤੋਂ ਬਾਹਰ ਆ ਕੇ ਹਿਟਲਰ ਫਿਰ ਕੋਈ ਇਦਾਂ ਦਾ ਦਿਮਾਗ ਲਗਾ ਰਿਹਾ ਸੀ ਕਿ ਲੋਕਾਂ ਦਾ ਇਕੱਠ ਫਿਰ ਉਸਦੇ ਵੱਲ ਦੁਬਾਰਾ ਆ ਸਕੇ ਤੇ ਉਸਨੂੰ ਇਹ ਮੌਕਾ ਮਿਲਿਆ 1929 ਦੇ ਵਿੱਚ ਜਦੋਂ ਸਟਾਕ ਮਾਰਕੀਟ ਬਿਲਕੁਲ نیچے ਗਿਰ ਚੁਕੀ ਸੀ ਤੇ ਲੱਖਾਂ ਹੀ ਲੋਕ ਬੇਰੋਜ਼ਗਾਰ ਹੋ ਗਏ ਅਤੇ ਬੈਂਕ ਵੀ ਬੰਦ ਹੋ ਗਏ ਸਨ ਤੇ ਇਸ ਦੇ ਵਿੱਚ ਫਿਰ ਉਹਨਾਂ ਅੱਗੇ ਆ ਕੇ ਕਿਹਾ ਕਿ ਅਸੀਂ ਜਰਮਨ ਦੇ ਹਾਲਾਤ ਫਿਰ ਤੋਂ ਸੁਧਾਰਾਂਗੇ ਤੇ ਇਸ ਗੱਲ ਦੇ ਨਾਲ ਉਹ ਲੋਕਾਂ ਦੇ ਦਿਲਾਂ ਉੱਤੇ ਫਿਰ ਤੋਂ ਛਾ ਗਿਆ ਤੇ 1933 ਦੇ ਵਿੱਚ ਉਹ ਜਰਮਨ ਦੇ ਚਾਂਸਲਰ ਦਾ ਖਿਤਾਬ ਵੀ ਜਿੱਤ ਗਿਆ ਸੀ ਤੇ ਫਿਰ ਜਦੋਂ ਰਾਸ਼ਟਰਪਤੀ ਦੀ ਮੌਤ ਹੋਈ ਤਾਂ ਉਸ ਨੇ ਖੁਦ ਨੂੰ ਰਾਸ਼ਟਰਪਤੀ ਘੋਸ਼ਿਤ ਕਰ ਦਿੱਤਾ ਤੇ ਇਸ ਤੋਂ ਬਾਅਦ ਉਸ ਨੇ ਆਪਣੇ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ ਅਤੇ ਜੂਹੂਦੀਆਂ ਦੀ ਮੌਤ ਦਾ سلسلہ ਸ਼ੁਰੂ ਹੋ ਗਿਆ ਇਸ ਨੇ ਆਪਣੀ ਸੈਨਾ ਇੰਨੀ ਜ਼ਿਆਦਾ ਵਧਾ ਲਈ ਸੀ ਕਿ ਇਸ ਨੂੰ ਆਪਣੇ ਉੱਤੇ ਮਾਣ ਹੋਣ ਲੱਗ ਗਿਆ ਸੀ ਅਤੇ 1939 ਦੇ ਵਿੱਚ ਇਸਨੇ ਆਪਣੇ ਗੁਵਾਂਡੀ ਦੇਸ਼ਾਂ ਦੇ ਉੱਤੇ ਹਮਲੇ ਕਰਨੇ ਸਟਾਰਟ ਕਰ ਦਿੱਤੇ ਸੀ ਤੇ ਇਸ ਦੇ ਨਾਲ World War 2 ਸਟਾਰਟ ਹੋ ਗਿਆ ਅਤੇ ਇਸ World War 2 ਦੇ ਵਿੱਚ 30 ਕੰਟਰੀਆਂ ਨੇ ਹਿੱਸਾ ਲਿਆ ਸੀ ਤੇ ਇਸ ਦੇ ਵਿੱਚ ਬਹੁਤ ਸਾਰੇ ਲੋਕਾਂ ਦੀ ਜਾਨ ਜਾ ਚੁੱਕੀ ਸੀ World War ਦੇ ਸਟਾਰਟਿੰਗ ਦੇ ਵਿੱਚ 나ਜੀ ਸੇਨਾ ਬਹੁਤ ਹੀ ਜ਼ਿਆਦਾ ਤਾਕਤਵਰ ਸਾਬਿਤ ਹੋਈ ਉਹ ਹਰ ਇੱਕ ਜੰਗ ਜਿੱਤ ਰਹੀ ਸੀ ਤੇ ਹੌਲੀ ਹੌਲੀ ਉਹ ਕਮਜ਼ੋਰ ਹੁੰਦੀ ਗਈ ਤੇ ਹੀ ਟਲਰ ਨੂੰ ਵੀ ਇਸ ਗੱਲ ਦਾ ਅਹਿਸਾਸ ਹੋਣ ਲੱਗ ਗਿਆ ਸੀ ਤੇ ਹੀ ਟਲਰ ਨੇ 29 ਅਪ੍ਰੈਲ 1945 ਨੂੰ ਆਪਣਾ ਤੀਸਰਾ ਵਿਆਹ ਕਰਵਾਇਆ ਸੀ ਇਸ ਤੋਂ ਬਾਅਦ ਉਸ ਨੂੰ ਆਪਣੀ ਹਾਰ ਮਹਿਸੂਸ ਹੋਣ ਲੱਗ ਗਈ ਸੀ ਅਤੇ ਉਸ ਨੂੰ ਪਤਾ ਲੱਗ ਗਿਆ ਸੀ ਕਿ ਦੂਜੇ ਦੇਸ਼ਾਂ ਦੀ ਆਰਮੀ ਉਸ ਦੇ ਬਿਲਕੁਲ ਨਜ਼ਦੀਕ ਆ ਗਈ ਹੈ ਇਸ ਡਰ ਦੇ ਨਾਲ ਉਸ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਅਤੇ ਉਸ ਦੇ ਮਰਨ ਤੋਂ ਬਾਅਦ ਵਰਲਡ ਵਾਰ 2 ਬੰਦ ਹੋ ਗਿਆ ਸੀ ਤੇ ਉਸ ਦੀ ਪਤਨੀ ਨੇ ਵੀ ਖੁਦ ਨੂੰ ਜ਼ਹਿਰ ਖਾ ਕੇ ਮੌਤ ਦੇ ਘਾਟ ਉਤਾਰ ਲਿਆ ਸੀ ਹਿਟਲਰ ਨੂੰ ਆਪਣੀ ਮੌਤ ਦਾ ਹਰ ਸਮੇਂ ਡਰ ਰਹਿਦਾ ਸੀ ਅਤੇ ਉਸ ਨੂੰ ਇਹ ਵੀ ਡਰ ਰਹਿਦਾ ਸੀ ਕਿ ਉਸ ਨੂੰ ਖਾਣੇ ਦੇ ਵਿੱਚ ਕੋਈ ਕੁਝ ਮਿਲਾ ਕੇ ਨਾ ਦੇ ਦੇਵੇ ਇਸ ਡਰ ਤੋਂ ਉਸ ਨੇ ਆਪਣੇ ਲਈ ਫੂਡ ਟੈਸਟਰ ਰੱਖੇ ਹੋਏ ਸੀ ਜੋ ਕਿ ਉਸ ਦਾ ਪਹਿਲਾਂ ਖਾਣਾ ਚੈੱਕ ਕਰਕੇ ਟੈਸਟ ਕਰਿਆ ਕਰਦੇ ਸਨ ਅਤੇ ਉਸ ਦੇ ਥੋੜੀ ਦੇਰ ਬਾਅਦ ਹਿਟਲਰ ਖਾਣਾ ਖਾਇਆ ਕਰਦਾ ਸੀ ਔਰ ਫੂਡ ਟੈਸਟਰ ਹਰ ਇੱਕ ਬੁਰਕੀ ਦੇ ਵਿੱਚ ਆਪਣੀ ਮੌਤ ਨੂੰ ਮਹਿਸੂਸ ਕਰਦੇ ਸਨ ਅਤੇ ਹਿਟਲਰ ਹਰ ਰੋਜ਼ ਸਵੇਰੇ 11 ਵਜੇ ਉੱਠਦਾ ਸੀ ਅਤੇ ਰਾਤ ਨੂੰ ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਸੁਣ ਨਹੀਂ ਸੀ ਦਿੰਦਾ ਤੇ ਜਦੋਂ ਹਿਟਲਰ ਦੀ ਮੌਤ ਆਈ ਤਾਂ ਉਸਨੇ ਆਪਣੇ ਪੈਰ ਛੱਡ ਦਿੱਤੇ ਕੋਲਮ ਲਾ ਕੇ ਹਿਟਲਰ ਨੂੰ 20ਵੀਂ ਸਦੀ ਦਾ ਬਹੁਤ ਹੀ ਬੁਰਾ ਇਨਸਾਨ ਮੰਨਿਆ ਗਿਆ ਹੈ ਕਿਉਂ ਮੰਨਿਆ ਗਿਆ ਸੀ ਇਹ ਤੁਹਾਨੂੰ ਥੋੜਾ ਨੇੜੇ ਹੋ ਕੇ ਦੱਸਦੇ ਹਾਂ ਹੀਟਲਰ ਨੇ ਯਹੂਦੀਆਂ ਬਾਰੇ ਬਹੁਤ ਸਾਰੇ ਐਕਸਪੈਰੀਮੈਂਟ ਕੀਤੇ ਸੀ ਪਹਿਲੇ ਐਕਸਪੈਰੀਮੈਂਟ ਦੇ ਵਿੱਚ ਯਹੂਦੀਆਂ ਨੂੰ ਇੱਕ ਚੈਂਬਰ ਦੇ ਵਿੱਚ ਰੱਖਿਆ ਜਾਂਦਾ ਸੀ ਅਤੇ ਉੱਥੇ ਉਹਨਾਂ ਦੇ ਲਈ ਖਾਣੇ ਦਾ ਵੀ ਪ੍ਰਬੰਧ ਕੀਤਾ ਜਾਂਦਾ ਸੀ ਪਰ ਉਸ ਚੈਂਬਰ ਦੇ ਵਿੱਚ ਇੱਕ ਗੈਸ ਛੱਡੀ ਜਾ ਰਹੀ ਸੀ ਜਿਸ ਦੇ ਕਾਰਨ ਉਹਨਾਂ ਦੇ ਚਿਹਰੇ ਖਰਾਬ ਹੋ ਗਏ ਸੀ ਅਤੇ ਇਸ ਕਾਰਨ ਉਹਨਾਂ ਦੀ ਮੌਤ ਹੋ ਗਈ ਇਹ 1940 ਦੇ ਵਿੱਚ ਕੀਤਾ ਗਿਆ ਸੀ ਅਤੇ ਅਗਲਾ ਐਕਸਪੈਰੀਮੈਂਟ ਸੀ ਹੱਡੀਆਂ ਦੀ ਅਦਲਾ ਬਦਲੀ ਕਰਨਾ ਤੇ ਉਹ ਵੀ ਨਾਜੀ ਡਾਕਟਰ ਬਿਨਾ ਬਿਹੋਸ਼ ਕੀਤੇ ਕੀ ਕਰਦੇ ਸਨ ਅਤੇ ਕਿਸੇ ਦਾ ਵੀ ਪਾਟ ਕੱਢ ਲੈਣਾ ਅਤੇ ਕਿਸੇ ਹੋਰ ਦੇ ਵਿੱਚ ਪਾ ਦੇਣਾ ਤੇ ਉਸ ਦਾ ਇਹ ਐਕਸਪੈਰੀਮੈਂਟ ਵੀ ناکਾਮਜਬ ਰਿਹਾ ਅਤੇ ਇਸ ਦੇ ਵਿੱਚ ਲੱਖਾਂ ਲੋਕਾਂ ਦੀ jaan ਚਲੀ ਗਈ ਇਹ ਐਕਸਪੈਰੀਮੈਂਟ 1942 ਤੇ 1943 ਦੇ ਵਿੱਚ ਕੀਤਾ ਗਿਆ ਸੀ ਅਗਲਾ ਐਕਸਪੈਰੀਮੈਂਟ ਡਾਟ ਮੀਨਸ ਸੀ ਅਤੇ ਇਹ ਬੱਚਿਆਂ ਦੇ ਉੱਤੇ ਕੀਤਾ ਜਾਂਦਾ ਸੀ ਬੱਚਿਆਂ ਨੂੰ ਕਮਰੇ ਦੇ ਵਿੱਚ ਬੰਦ ਕਰਕੇ ਰੱਖਿਆ ਜਾਂਦਾ ਸੀ ਅਤੇ ਉਹਨਾਂ ਦੀ ਅੱਖ ਦੇ ਵਿੱਚ ਇੱਕ ਕਲਰ ਦਾ ਇੰਜੈਕਸ਼ਨ ਦਿੱਤਾ ਜਾਂਦਾ ਸੀ ਅਤੇ ਦੇਖਿਆ ਜਾਂਦਾ ਸੀ ਕਿ ਅੱਖ ਦਾ ਰੰਗ ਬਦਲਦਾ ਹੈ ਜਾਂ ਨਹੀਂ ਉਹਨਾਂ ਨੇ ਦੋ ਬੱਚਿਆਂ ਨੂੰ ਵਿਚਕਾਰ ਤੋਂ ਕੱਟ ਕੇ ਅਤੇ ਅਲੱਗ-ਅਲੱਗ ਸਰੀਰ ਦੇ ਨਾਲ ਜੋੜ ਕੇ ਵੀ ਦੇਖਿਆ ਸੀ ਅਤੇ ਉਹ ਇਸ ਪ੍ਰਯੋਗ ਦੇ ਵਿੱਚ ਵੀ ناکਾਮਜਬ ਰਹੇ ਸੀ ਅਤੇ ਜਦੋਂ ਉਹ ناکਾਮਜਬ ਹੋ ਜਾਂਦੇ ਸਨ ਤਾਂ ਉਹ ਕਲੋਰੋਫੋਮ ਦਾ ਇਸਤਮਾਲ ਕਰਕੇ ਬੱਚਿਆਂ ਨੂੰ ਮਾਰ ਦਿੰਦੇ ਸਨ ਇਹ ਪ੍ਰਯੋਗ ਕਰਦੇ ਟਾਈਮ 1500 ਦੇ ਵਿੱਚੋਂ ਸਿਰਫ 200 ਬੱਚੇ ਜਿੰਦਾ ਰਹਿ ਗਏ ਸਨ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਜੀ ਅਤੇ ਇਦਾਂ ਦੀਆਂ ਹੋਰ ਵੀਡੀਓ ਦੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ